ਹਾਂਜੀ, ਚੰਗੀ ਚੀਜ਼, ਚੰਗੀ ਵਰਾਇਟੀ ਹਰ ਜਗ੍ਹਾ ਨਹੀਂ ਜੇ ਮਿਲਦੀ, ਇਹ ਬੜੀਆਂ ਔਖੀਆਂ ਲੱਭਦੀਆਂ ਨੇ, ਫਿਰ ਟੁਰ ਕੇ ਫਿਰ ਅੱਛੀ ਚੀਜ਼ ਤੁਹਾਨੂੰ ਮਿਲ ਜਾਂਦੀ। ਅਗਰ ਤੁਸੀਂ ਅੱਛੀ ਚੀਜ਼ ਲੱਭਣਾ ਚਾਹੋ ਤਾਂ ਜ਼ਰੂਰ ਤੁਹਾਨੂੰ ਮਿਲਦੀ ਹੈ। ਅਸਲਾਮ ਅਲੈਕਮ ਜੀ, ਅੱਜ ਫਿਰ ਮੈਂ ਆਪਣੇ ਜ਼ਿਮੀਂਦਾਰ ਭਰਾਵਾਂ ਵਾਸਤੇ ਕਪਾਹ ਦੀ ਬਹੁਤ ਹੀ ਅੱਛੀ ਵਰਾਇਟੀ ਲੈ ਕੇ ਆਇਆ ਜੀ। ਉਮੀਦ ਹੈ ਕਿ ਅੱਜ ਵਾਲੀ ਵੀਡੀਓ ਮੇਰੇ ਜ਼ਿਮੀਂਦਾਰ ਭਰਾਵਾਂ ਨੂੰ ਪਸੰਦ ਆਏਗੀ, ਅਤੇ ਮੈਂ ਆਪਣੇ ਵਿਊਵਰਾਂ ਦਾ ਸ਼ੁਕਰਗੁਜ਼ਾਰ ਹਾਂ ਜੀ। ਮੇਰੇ ਮਾਸ਼ਾਅੱਲਾ 300 ਸਬਸਕ੍ਰਾਈਬ ਹੋ ਗਏ ਨੇ। ਇਸੇ ਤਰ੍ਹਾਂ ਇਨਸ਼ਾਅੱਲਾ ਤੁਸੀਂ ਮੈਨੂੰ ਸਪੋਰਟ ਕਰਦੇ ਰਹੋ, ਅਤੇ ਮੈਂ ਆਪਣੇ ਜ਼ਿਮੀਂਦਾਰ ਭਰਾਵਾਂ ਵਾਸਤੇ ਕਪਾਹ ਦੀਆਂ ਬਹੁਤ ਹੀ ਅੱਛੀਆਂ ਵਰਾਇਟੀਆਂ ਲੈ ਕੇ ਆਉਂਦਾ ਰਹਾਂਗਾ। ਅੱਗੇ ਤੋਂ ਅੱਗੇ ਫਿਰ ਜਿਹੜੀਆਂ ਫਸਲਾਂ ਚੱਲਣਗੀਆਂ ਇਨਸ਼ਾਅੱਲਾ ਉਹਨਾਂ ਦੀਆਂ ਅੱਛੀਆਂ ਵਰਾਇਟੀਆਂ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਹਾਂਗਾ। ਉਮੀਦ ਹੈ ਕਿ ਤੁਹਾਨੂੰ ਮੇਰੀ ਵੀਡੀਓ ਅੱਜ ਵਾਲੀ ਵੀ ਬਹੁਤ ਪਸੰਦ ਆਏਗੀ। ਇਹ ਬੀਜ ਵੀ ਬਹੁਤ ਹੀ ਆਲਾ ਕੁਆਲਿਟੀ ਦਾ ਹੈ। ਇਹ ਵੇਖ ਸਕਦੇ ਹੋ ਜੀ, ਆਉਂਦੇ ਨੇ ਕਿ ਕਪਾਹ ਦੀਆਂ ਵਰਾਇਟੀਆਂ ਮੁੱਕ ਗਈਆਂ ਨੇ, ਕਪਾਹਾਂ ਮੁੱਕ ਗਈਆਂ ਨੇ, ਪਰ ਮੈਂ ਇਹਨਾਂ ਕਪਾਹਾਂ ਹਜੇ ਹੈ ਨੇ, ਪਰ ਜਿਨ੍ਹਾਂ ਨੇ ਬੀਜ ਚੰਗੇ ਬੀਜੇ ਨੇ, ਅਤੇ ਜਿਨ੍ਹਾਂ ਨੇ ਬੀਜ ਚੰਗੇ ਕੋਈ ਨਹੀਂ ਬੀਜੇ ਉਹਨਾਂ ਦੀਆਂ ਤਾਂ ਵਾਕਈ ਮੁੱਕ ਗਈਆਂ ਨੇ। ਇਹ ਵੇਖ ਲਓ ਮਾਸ਼ਾਅੱਲਾ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਅੱਜ ਵਾਲੀ ਜਿਹੜੀ ਵਰਾਇਟੀ ਹੈ, ਇਹ ਤਾਂ ਫਿਰ ਅਖੀਰ ਦੀ ਹੈ ਨਾ। ਫਲ ਇਹਨੇ ਵੇਖੋ ਜੀ ਮਾਸ਼ਾਅੱਲਾ ਕਿਵੇਂ ਲਿਆ, ਬਹੁਤ ਹੀ ਅੱਛਾ ਔਰ ਆਲਾ ਕੁਆਲਿਟੀ ਦਾ ਫਲ ਹੈ, ਅਤੇ ਕੱਦ ਇਹਦਾ ਪੂਰਾ ਕੱਦ ਹੈ, ਅਤੇ ਮਾਸ਼ਾਅੱਲਾ ਫਲ ਵਾਲੀ ਤਾਂ ਅਖੀਰ ਹੈ ਨਾ, ਬਹੁਤ ਹੀ ਅੱਛਾ ਫਲ ਹੈ ਔਰ ਬਿਮਾਰੀ ਵੀ ਬਿਲਕੁਲ ਕੋਈ ਨਹੀਂ ਉਹਨੂੰ, ਬਹੁਤ ਹੀ ਪਿਆਰੀ ਫਸਲ ਹੈ ਜੀ ਕਪਾਹ ਦੀ। ਇਹ ਵੇਖੋ ਟਿੰਡੇ ਜਿਹੜੇ ਖਿੜਦੇ ਨੇ ਪਏ, ਉਹ ਵੀ ਬੜੇ ਜ਼ਬਰਦਸਤ ਔਰ ਸਾਫ਼ ਖਿੜਦੇ ਨੇ ਪਏ। ਇਹ ਵੇਖੋ ਉਸ ਤੋਂ ਬਾਅਦ ਇਹ ਥੱਲੇ ਨੇ ਜਿਹੜਾ ਫਲ, ਇਹਦਾ ਪੱਕ ਕੇ ਖਿੜਿਆ, ਉਹ ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਹੈ ਜੀ। ਇਹ ਵੇਖੋ ਫਲ, ਜਿਹੜਾ ਵੀ ਬੂਟਾ ਵੇਖੋਗੇ ਗੁੱਛਿਆਂ ਦੇ ਗੁੱਛੇ ਹੀ ਲੱਗੇ ਨੇ, ਬਹੁਤ ਹੀ ਆਲਾ ਕੁਆਲਿਟੀ ਦਾ ਫਲ ਹੈ ਜੀ। ਇਹ ਵੇਖ ਲਓ, ਇੱਧਰ ਅਸੀਂ ਨਾਲ ਦੇ ਇਲਾਕੇ 'ਚ ਆਏ ਹਾਂ, ਤਕਰੀਬਨ 10 ਕਿਲੋਮੀਟਰ ਦੂਰ, ਔਰ ਮੈਂ ਕਿਹਾ ਚਲੋ ਆਪਣੇ ਵਿਊਵਰਾਂ ਨੂੰ ਇੱਕ ਅੱਛੀ ਚੀਜ਼ ਅੱਜ ਪੇਸ਼ ਕਰਾਂ। ਬਹੁਤ ਹੀ ਆਲਾ ਕੁਆਲਿਟੀ ਦਾ ਫਲ ਹੈ ਜੀ, ਵੇਖੋ ਮਾਸ਼ਾਅੱਲਾ ਇਹ ਬੀਜ ਦੇ ਅਖੀਰ ਕੀਤੀ ਹੈ ਨਾ। ਫਲ ਜਿਹੜਾ ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਹੈ ਜੀ, ਔਰ ਇਹ ਵੇਖੋ ਖਿੜਿਆ ਵੀ ਜ਼ਬਰਦਸਤ ਹੈ, ਹਰ ਬੂਟੇ ਨੂੰ ਵੱਧ ਤੋਂ ਵੱਧ ਫਲ ਲੱਗਿਆ। ਇਹ ਵੇਖ ਲਓ, ਇਹ ਵੇਖੋ ਜੀ, ਇਹ ਕੋਈ ਇਹ ਨਹੀਂ ਕਿ ਆਮ ਬੂਟੇ ਨਹੀਂ, ਹਰ ਕਪਾਹ ਦੇ ਬੂਟੇ ਨੂੰ ਜਿਹਨੂੰ ਵੇਖੋਗੇ ਉਹਨੂੰ ਵੱਧ ਤੋਂ ਵੱਧ ਫਲ ਲੱਗਿਆ। ਇਹ ਵੇਖੋ ਮਾਸ਼ਾਅੱਲਾ ਜੀ, ਇਹ ਵੇਖ ਲਓ, ਅਤੇ ਮੋਟੇ ਮੋਟੇ ਟਿੰਡੇ ਨੇ ਇਹਦੇ, ਅਤੇ ਸਾਫ਼ ਖਲੋਤੀ ਹੈ, ਕੋਈ ਬਿਮਾਰੀ ਨਹੀਂ ਹੈ, ਹਰ ਬੂਟੇ ਨੂੰ ਵੱਧ ਤੋਂ ਵੱਧ ਫਲ ਲੱਗਿਆ ਇਹਨੂੰ। ਇਹ ਵੇਖ ਲਓ, ਮੇਰਾ ਕੰਮ ਹੈ ਜੀ ਅੱਛੀ ਤੋਂ ਅੱਛੀ ਵਰਾਇਟੀ। ਇਹ ਵੇਖੋ ਜੀ, ਇਹ ਖਿੜੀ ਹੈ ਬਿਲਕੁਲ ਸਾਫ਼, ਕੋਈ ਇਹਦੇ ਵਿੱਚ ਟਿੰਡਿਆਂ ਨੇ ਕਾਣ ਨਹੀਂ ਮਾਰੀ। ਇਹ ਵੇਖ ਲਓ ਬਿਲਕੁਲ ਠੀਕ ਹੈ। ਇਹ ਬੀਜ ਹੈ ਜੀ ਜ਼ੈਡ 33 ਹੈ, ਇਹ ਸਾਡੇ ਇਲਾਕੇ 'ਚ ਬੀਜਿਆ ਅਤੇ ਬਹੁਤ ਹੀ ਅੱਛਾ ਹੈ ਜੀ। ਇਹ ਵੇਖੋ ਹੈ ਪੁਰਾਣੀ ਵਰਾਇਟੀ, ਅਤੇ ਜ਼ੈਡ 33 ਦਾ ਤੁਹਾਨੂੰ ਪਤਾ ਹੀ ਹੋਣਾ ਕਿ ਕਿਸ ਤਰ੍ਹਾਂ ਦਾ, ਅਗਰ ਫੱਬ ਜਾਵੇ ਤਾਂ ਫਿਰ ਚਸ ਕਰਾ ਦਿੰਦਾ, ਅਗਰ ਨਾ ਫੱਬੇ ਤਾਂ ਫਿਰ ਜਿਹੜਾ ਖਰਚਾ ਕਰਦੇ ਨੇ ਉਹ ਵੀ ਡੁੱਬ ਜਾਂਦਾ। ਬਹਰਹਾਲ ਮਾਸ਼ਾਅੱਲਾ ਇੱਥੇ ਜਿਹੜਾ ਨਾ ਇਹ ਇਸ ਇਲਾਕੇ ਦੇ ਵਿੱਚ ਤਕਰੀਬਨ 4 ਏਕੜ ਬੀਜਿਆ, ਅਤੇ ਬਹੁਤ ਹੀ ਅੱਛਾ ਜੀ। ਇਹਦੇ ਵਿੱਚ ਉਹਨੇ ਕੋਈ ਇਸ ਤਰ੍ਹਾਂ ਦਾ ਫਲ ਨਹੀਂ ਖਰਾਬ ਕੀਤਾ, ਬਿਲਕੁਲ ਠੀਕ ਹੈ ਔਰ ਫਲ ਵੀ ਅੱਛਾ ਲਿਆ ਜੀ। ਇਹ ਵੇਖੋ ਤੁਹਾਡੇ ਸਾਹਮਣੇ ਵੇ ਜੀ, ਹਰ ਚੀਜ਼ ਓਰੀਜਨਲ, ਕੋਈ ਇਹਦੇ 'ਚ 2 ਨੰਬਰੀ ਵਾਲੀ ਗੱਲ ਨਹੀਂ ਹੈ, ਜਿਹੜੀ ਚੀਜ਼ ਤੁਹਾਨੂੰ ਆਹਨਾ ਮੈਂ ਉਹੀ ਹੁੰਦੀ ਹੈ। ਇਹ ਨਹੀਂ ਕਿ ਆਖਣਾ ਕੁਛ ਅਤੇ ਹੋਣਾ ਕੁਛ ਨਹੀਂ। ਜ਼ੈਡ 33 ਜਿਹਨਾਂ ਬੀਜਿਆ, ਜਿਹੜੇ ਜਾਣਦੇ ਨੇ ਉਹਨਾਂ ਨੂੰ ਪਤਾ ਹੋਣਾ। ਇਹ ਵੇਖ ਲਓ,